ਸਸਰੀਆ ਗਾਰ ਅਸੀ ਤੁਹਾਡਾ ਸਵਾਗਤ ਕਰਦੇ ਆਂ ਗਵਰਨਮੈਂਟ ਜੌਬ ਕਰੋ ਤੇ ਸੋ ਅਸ ਦੀ ਵੀਡੀਓ ਚ ਅਸੀਂ ਗੱਲ ਕਰਨ ਵਾਲੇ ਆਂ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਸ ਫੈਡਰੇਸ਼ਨ ਲਿਮਿਟਿਡ ਵੱਲੋਂ ਕੱਢੀ ਗਈ ਇੱਕ ਪਬਲਿਕ ਨੋਟਿਸ ਬਾਰੇ ਸੋ ਬਣੇ ਰਹੀਓਸ ਵੀਡੀਓ ਦੇ ਅੰਤ ਤੱਕ ਕਿਉਂਕਿ ਇਸ ਵੀਡੀਓ ਦੇ ਦੌਰਾਨ ਮੈਂ ਤੁਹਾਡੇ ਨਾਲ ਹਰ ਇੱਕ ਡਿਟੇਲ ਸ਼ੇਅਰ ਕਰਨ ਜਾ ਰਹੀ ਆਂ ਇਸ ਨੋਟਿਸ ਬਾਰੇ ਤੇ ਅਸੀਂ ਨਹੀਂ ਚਾਹੁੰਦੇ ਤੁਸੀਂ ਕਿਸੇ ਵੀ ਡਿਟੇਲ ਨੂੰ ਮਿਸ ਕਰ ਦੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੁੰਦੀ ਆਂ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਗਵਰਨਮੈਂਟ ਜੌਬ ਲਈ ਤਾਂ ਸਾਡੀ ਵੈਬਸਾਈਟ ਗਵਰਨਮੈਂਟ ਜੌਬ ਕਰੋ ਜਿਹਦਾ ਲਿੰਕ ਤੁਹਾਨੂੰ ਥੱਲੇ ਦਿੱਤੇ ਗਏ ਡਿਸਕ੍ਰਿਪਸ਼ਨ ਬਾਕਸ ਵਿੱਚ ਕਰ ਮਿਲ ਜੇਗਾ ਆਹ ਲੈ ਕੇ ਆਏ ਨੇ ਤੁਹਾਡੇ ਲਈ ਵਨ ਆਫ ਦਾ ਬੈਸਟ ਕੋਰਸਸ ਜਿਹਦੇ ਹੈਲਪ ਨਾਲ ਤੁਸੀਂ ਕਰ ਸਕਦੇ ਹੋ ਆਪਣੇ ਗਵਰਨਮੈਂਟ ਜੌਬ ਦੀ ਤਿਆਰੀ ਨੂੰ ਹੋਰ ਜ਼ਿਆਦਾ ਵਧੀਆ ਤੇ ਨਾਲ ਦੇ ਨਾਲ ਕਾਫੀ ਈਜ਼ਲੀ ਕ੍ਰੈਕ ਕਰ ਸਕਦੇ ਹੋ ਤੁਸੀਂ ਕੋਈ ਵੀ ਗਵਰਨਮੈਂਟ ਐਗਜ਼ਾਮ ਸੋ ਵਿਜ਼ਿਟ ਕਰੋ ਸਾਡੀ ਆਫੀਸ਼ੀਅਲ ਵੈਬਸਾਈਟ ਤੇ ਐਨਰੋਲ ਕਰੋ ਸਾਡੇ ਕੋਰਸਸ ਨੂੰ ਤੇ ਹੁਣ ਆਪਾਂ ਗੱਲ ਕਰਦੇ ਆ ਨੋਟਿਸ ਬਾਰੇ ਨੋਟਿਸ ਦੇ ਅਨੁਸਾਰ ਇਹਨਾਂ ਨੇ ਟੋਟਲ 11 ਵੈਕੈਂਸੀਆਂ ਕੱਢੀਆਂ ਹਨ ਫੋਰ ਦਾ ਪੋਸਟ ਆਫ ਅਸਿਸਟੈਂਟ ਮੈਨੇਜਮੈਂਟ ਜਾਂ ਫਿਰ ਇਨਵੈਂਟਰੀ ਮੈਨੇਜਮੈਂਟ ਦੀ ਪੋਸਟ ਲਈ ਤੇ ਇਹ ਵੈਕੈਂਸੀਆਂ ਕੁਝ ਇਸ ਢੰਗ ਨਾਲ ਡਿਸਟ੍ਰਿਬਿਊਟ ਕੀਤੀਆਂ ਗਈਆਂ ਹਨ ਜਿਵੇਂ ਕਿ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਲਈ 1 ਵੈਕੈਂਸੀਆਂ ਕੱਢੀਆਂ ਗਈਆਂ ਹਨ 4 ਤੇ ਐਸਸੀ ਕੈਟਾਗਰੀ ਦੇ ਉਮੀਦਵਾਰਾਂ ਲਈ 3 ਵੈਕੈਂਸੀਆਂ ਕੱਢੀਆਂ ਗਈਆਂ ਹਨ ਤੇ ਬੀਸੀ ਕੈਟਾਗਰੀ ਦੇ ਉਮੀਦਵਾਰਾਂ ਲਈ 1 ਵੈਕੈਂਸੀ ਤੇ ਇੰਜ ਹੀ ਐਡਬਲਯੂਐਸ PWD ਤੇ ESM ਕੈਟਾਗਰੀ ਦੇ ਉਮੀਦਵਾਰਾਂ ਲਈ ਇੱਕ ਇੱਕ ਵੈਕੈਂਸੀਆਂ ਕੱਢੀਆਂ ਗਈਆਂ ਹਨ ਤੇ ਹੁਣ ਆਪਾਂ ਗੱਲ ਕਰਦੇ ਆ ਸੈਲਰੀ ਪੈਕੇਜ ਬਾਰੇ ਫਰਸਟ ਅਅਰ ਰਿਜਕਾਰ ਤੁਹਾਨੂੰ ਸੈਲਰੀ ਦਿੱਤੀ ਜਾਊਗੀ 35000 ਰੁਪਏ ਤੱਕ ਦੀ ਤੇ ਦੂਜੇ ਸਾਲ ਤੁਹਾਨੂੰ ਸੈਲਰੀ ਦਿੱਤੀ ਜਾਊਗੀ 40000 ਰੁਪਏ ਤੱਕ ਦੀ ਮੀਨਸ ਇੰਝ ਹੀ ਤੁਹਾਡਾ ਜਿਹੜਾ ਸੈਲਰੀ ਪੈਕੇਜ ਹੈ ਉਸ ਸੰਗ ਨਾਲ ਰਹੇਗਾ ਤੇ ਹੁਣ ਆਪਾਂ ਗੱਲ ਕਰਦੇ ਆ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਜਿਸ ਵਿੱਚ ਤੁਹਾਡੀ ਜਿਹੜੀ ਐਜੂਕੇਸ਼ਨ ਕੁਆਲਿਫਿਕੇਸ਼ਨ ਹੈ ਉਹ ਹੋਣੀ ਚਾਹੀਦੀ ਹੈ CA ਜਾਂ ICWA ਜਾਂ ਫਿਰ ICFA ਵਿਚਕਾਰ ਤੇ ਇਹ ਜਿਹੜੇ ਡਿਗਰੀਆਂ ਨੇ ਇਹ ਜਿਹੜੇ ਕੋਰਸ ਨੇ ਤੁਹਾਡੇ ਕਿਸੇ ਵੀ ਯੂਨੀਵਰਸਿਟੀਾਂ ਜਾਂ ਇੰਸਟੀਟਿਊਸ਼ਨ ਤੋਂ ਹੋਣੇ ਚਾਹੀਦੇ ਨੇ ਜੋ ਕਿ ਰੈਕਗਨਾਈਜ਼ਡ ਹੋਵੇ ਤੇ ਅਪਾ ਗੱਲ ਕਰਦੇ ਆ ਇਹਨਾਂ ਦੇ ਅਪਲੀਕੇਸ਼ਨ ਫਾਰਮ ਬਾਰੇ ਤਾਂ ਤੁਸੀਂ ਇਹਨਾਂ ਦੇ ਜਿਹੜੇ ਅਪਲੀਕੇਸ਼ਨ ਫਾਰਮਸ ਨੇ ਉਹ ਫਿਲ ਕਰ ਸਕਦੇ ਹੋ 1 ਜੁਲਾਈ 2021 ਤੱਕ ਮੀਨਸ ਕਿ ਜਿੰਨੇ ਵੀ ਉਮੀਦਵਾਰ ਜੋ ਕਿ ਇਸ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ 1 ਜੁਲਾਈ 2021 ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਫਾਰਮ ਫਿਲ ਕਰਕੇ ਸਬਮਿਟ ਕਰ ਦੇਣ ਤੇ ਇਹਨਾਂ ਦੇ ਫੀਸ ਕ੍ਰਾਈਟੇਰੀਆ ਬਾਰੇ ਆਪਾਂ ਗੱਲ ਕਰਦੇ ਆਂ ਤੇ ਜਿੰਨੇ ਵੀ ਉਮੀਦਵਾਰ ਜੋ ਕਿ ਜਨਰਲ ਕੈਟਾਗਰੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਫੀਸ ਦੇਣੀ ਪੈਣੀ ਆ ਇਹਨਾਂ ਪੋਸਟਾਂ ਲਈ 700 ਰੁਪਏ ਤੱਕ ਤੇ ਜਿਹੜੇ ਉਮੀਦਵਾਰ ਜੋ ਕਿ ਰਿਜ਼ਰਵ ਕੈਟਾਗਰੀ ਤੋਂ ਬਿਲੋਂਗ ਕਰਦੇ ਨੇ ਜਿਸ ਵਿੱਚਕਾਰ ਐਸਸੀ, ਬੀਸੀ, ਈਡਬਲਯੂਐਸ ਜਾਂ ਐਸਐਮ ਜਾਂ ਫਿਰ ਪੀਡਬਲਯੂ ਕੈਟਾਗਰੀ ਦੇ ਉਮੀਦਵਾਰ ਆਉਂਦੇ ਨੇ ਉਹਨਾਂ ਨੂੰ ਫੀਸ ਦੀ ਪੇਮੈਂਟ ਕਰਨੀ ਪੈਣੀ ਆ 500 ਰੁਪਏ ਤੱਕ ਦੀ ਤੇ ਜਿਹੜੇ ਵੀ ਉਮੀਦਵਾਰ ਜੋ ਕਿ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਜਿਹੜੇ ਫੀਸ ਸਟ੍ਰਕਚਰ ਹੈ ਤੁਸੀਂ ਦੇਖ ਸਕਦੇ ਹੋ ਕਿਸ ਢੰਗ ਨਾਲ ਹੈ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਉਹ ਤੁਹਾਡੀ ਕੈਟਾਗਰੀ ਦੇ ਅਨੁਸਾਰ ਤੁਹਾਨੂੰ ਪੇ ਕਰਨੀ ਪੈਣੀ ਹੈ ਸੋ ਇਹ ਸੀਗੀ ਅੱਜ ਦੀ ਲੇਟੈਸਟ ਅਪਡੇਟ ਰਿਗਾਰਡਿੰਗ ਗਵਰਨਮੈਂਟ ਜੌਬ ਜੇਕਰ ਤੁਹਾਨੂੰ ਐਦਾ ਦੀ ਅਪਡੇਟ ਚਾਹੀਦੀ ਹੈ ਨੇ ਟਰਡੇ ਪਹੁੰਚ ਤਾਂ ਸਾਡੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਨਾ ਨਾ ਭੁੱਲਿਓ ਤੇ ਨਾਲ ਦੇ ਨਾਲ ਵਿਜ਼ਿਟ ਕਰੋ ਸਾਡੀ ਆਫੀਸ਼ੀਅਲ ਵੈਬਸਾਈਟ ਜਿਹਦਾ ਲਿੰਕ ਤੁਹਾਨੂੰ ਥੱਲੇ ਦਿੱਤੇ ਗਏ ਡਿਸਕ੍ਰਿਪਸ਼ਨ ਬਾਕਸ ਵਿੱਚ ਕਰ ਮਿਲ ਜੇਗਾ ਤੇ એનਰੋਲ ਕਰੋ ਸਾਡੇ ਕੋਰਸੇਸ ਨੂੰ ਜੇਕਰ ਤੁਹਾਨੂੰ ਇਸ ਨੋਟਿਸ ਬਾਰੇ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਛਣਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ